ਅੰਮ੍ਰਿਤਸਰ ਦੀ ਬਾਰ ਐਸੋਸੀਏਸ਼ਨ ਦੇ ਐਡਵੋਕੇਟਸ ਨੇ ਅੰਮ੍ਰਿਤਸਰ ਕੋਰਟ ਕੰਪਲੈਕਸ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਇਸ ਧਰਨੇ ਪਿੱਛੇ ਮੁੱਖ ਮਕਸਦ ਅੰਮ੍ਰਿਤਸਰ ਦੇ ਇੱਕ ਪੁਲਿਸ ਕਰਮਚਾਰੀ ਦੀ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਐਡਵੋਕੇਟ ਨਾਲ ਬਦਸਲੂਕੀ ਕਰਨਾ ਹੈ। ਉੱਥੇ ਅੰਮ੍ਰਿਤਸਰ ਦੇ ਐਡਵੋਕੇਟਸ ਦੀ ਮੰਗ ਹੈ ਕਿ ਜਦ ਤੱਕ ਉਸ ਪੁਲਿਸ ਕਰਮਚਾਰੀ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਇਸ ਧਰਨੇ ਤੋਂ ਨਹੀਂ ਉੱਠਣਗੇ। ਬਾਰ ਐਸੋਸੀਏਸ਼ਨ ਐਡਵੋਕੇਟ ਦੇ ਪ੍ਰਧਾਨ ਪ੍ਰਦੀਪ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ ਅਸੀਂ ਅੰਮ੍ਰਿਤਸਰ ਦੇ 66 ਦੇ ਪੁਲਿਸ ਅਧਿਕਾਰੀ ਕੋਲ ਇੱਕ ਸ਼ਿਕਾਇਤ ਲੈ ਕੇ ਪਹੁੰਚੇ ਸੀ ਅਤੇ ਅੱਗੋਂ ਪੁਲਿਸ ਕਰਮਚਾਰੀ ਨੇ ਸਾਡੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦਾ ਵੀਡੀਓ ਵੀ ਸਾਡੇ ਕੋਲ ਹੈ। ਜ਼ਰੂਰਤ ਪੈਣ 'ਤੇ ਇਹ ਵੀਡੀਓ ਮੀਡੀਆ ਤੱਕ ਵੀ ਪਹੁੰਚਾ ਦਿੱਤਾ ਜਾਵੇਗਾ। ਸੈਣੀ ਨੇ ਕਿਹਾ ਕਿ ਜੇ ਪੁਲਿਸ ਦੇ ਉੱਚ ਅਧਿਕਾਰੀ ਸਾਡੀ ਗੱਲ ਨਹੀਂ ਸੁਣਨਗੇ ਤਾਂ ਅਸੀਂ ਉਹਨਾਂ ਦਾ ਅੰਮ੍ਰਿਤਸਰ ਕੋਰਟ 'ਚ ਆਉਣਾ ਜਾਣਾ ਵੀ ਰੋਕਾਂਗੇ। ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਇਸ ਸਭ ਪਿੱਛੇ ਕਿਸ ਮੰਤਰੀ ਦਾ ਹੱਥ ਹੈ ਤਾਂ ਉਹਨਾਂ ਕਿਹਾ ਕਿ ਉਸ ਪੁਲਿਸ ਅਧਿਕਾਰੀ ਨੂੰ ਜਾ ਕੇ ਪੁੱਛਿਆ ਜਾਵੇ ਜਿਹਦਾ ਉਹ ਨਾਮ ਲੈ ਰਿਹਾ ਸੀ। ਸਹੀ ਸੀਗਾ, ਦਲਜੀਤ ਸਿੰਘ ਸ਼ਰਾਬ ਦੇ ਨਾਲ ਟੁੰਨ ਸੀ, ਉਹਨੇ ਰੱਜ ਕੇ ਗਾਲਾਂ ਕੱਢੀਆਂ ਔਰ ਉਹਨੇ ਚੈਲੇਂਜ ਕੀਤਾ, ਕਹਿੰਦਾ ਜਾਓ ਕਮਿਸ਼ਨਰ ਨੂੰ ਕਹੋ ਮੇਰੀ ਬਦਲੀ ਕਰ ਦੇ, ਕਹਿੰਦਾ ਮੇਰੇ ਜੇ ਮਤ ਹੋ ਗਈ ਤਾਂ ਮੈਂ ਲੱਗ ਆਵਾਂਗਾ। ਸੋ ਸਾਡੀ ਇੱਕੋ ਹੀ ਡਿਮਾਂਡ ਹੈ ਕਿ SHO ਔਰ ASI ਨੂੰ ਸਸਪੈਂਡ ਕੀਤਾ ਜਾਏ ਔਰ ਪਰਚਾ ਦਰਜ ਕੀਤਾ ਜਾਏ।